ਸਤਿ ਸ਼੍ਰੀ ਅਕਾਲ ਜੀ ESS ਗਲੋਬਲ ਤੋਂ ਮੈਂ ਹਾਂ ਡਾਕਟਰ ਸਪਨ ਸੰਧੂ ਤੇ ਮੇਰੇ ਨਾਲ ਨੇ ਜੀ ਅੰਮ੍ਰਿਤਸਰ ਬ੍ਰਾਂਚ ਦੇ ਬ੍ਰਾਂਚ ਮੈਨੇਜਰ ਅਨੰਦੀਪ ਸਤਿ ਸ਼੍ਰੀ ਅਕਾਲ ਅਨੰਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਨੰਦੀਪ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤਾਂ ਫਿਰ ਅਨੰਦ ਮੈਨੂੰ ਨਾ ਬਹੁਤ એનર્ਜੀ ਆ ਜਾਂਦੀ ਹੈ ਕਿਉਂਕਿ ਜਿੰਨੇ ਸਾਡੇ ਐਸਪਾਇਰੈਂਟਸ ਨੇ ਬਾਹਰ ਜਾਣ ਵਾਲੇ ਇਛੁੱਕ ਨੇ ਉਹਨਾਂ ਦੇ ਨਾ ਤੁਸੀਂ ਵਨ ਆਫ ਦ ਫੇਵਰੇਟਸ ਹੋ ਉਹਨਾਂ ਨੂੰ ਲੱਗਦਾ ਕਿ ਅਨੰਦ ਬਿਲਕੁਲ ਸਾਡੇ ਸ਼ੂਜ਼ ਵਿੱਚ ਸਟੈਪ ਕਰਕੇ ਸਾਡੇ ਹਾਲਾਤ ਨੂੰ ਸਮਝ ਕੇ ਸਾਨੂੰ ਵਧੀਆ ਸਲਾਹ ਦਿੰਦੇ ਨੇ ESS ਦੇ ਇਸ ਪਲੇਟਫਾਰਮ ਉੱਤੇ ਬਿਲਕੁਲ ਠੀਕ ਹੈ ਨਾ ਬਿਲਕੁਲ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਤੇ ਅੱਜ ਅਨੰਦ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੀ ਜੇ ਅਸੀਂ ਸਟਾਰਟਿੰਗ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ UK ਦੀ ਪੁਰਾਣੇ ਸਮਿਆਂ ਤੋਂ ਲੈ ਕੇ ਅੱਜ ਤੱਕ UK ਹੀ ਸਾਰਿਆਂ ਦਾ ਫੇਵਰੇਟ ਕਿਉਂ ਰਿਹਾ ਖਾਸ ਕਰਕੇ ਸਟੂਡੈਂਟਸ ਦਾ ਸਪਨ ਮੈਮ ਪੁਰਾਣੇ ਸਮਿਆਂ ਦੀ ਗੱਲ ਕਰੀਏ ਪੁਰਾਣੇ ਸਮਿਆਂ ਦੇ ਵਿੱਚ ਨਾ ਇਹ ਅਸੀਂ ਅੱਜ ਵਰਡ ਯੂਜ਼ ਕਰਦੇ ਹਾਂ ਜੀ ਮੈਂ ਅਬਰੋਡ ਜਾਣਾ ਚਾਹੁੰਦਾ ਮੈਂ ਪੜ੍ਹਾਈ ਬਾਹਰ ਕਰਨਾ ਚਾਹੁੰਦਾ ਉਦੋਂ ਨਾ 2005-06 ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਸੀਗਾ ਭਾਅ ਜੀ ਵਲੈਤ ਜਾਣਾ ਵਲੈਤ ਉਦੋਂ ਇੱਕ ਵਰਡ ਹੁੰਦਾ ਸੀਗਾ ਹਰ ਇੱਕ ਬੱਚੇ ਦੇ ਮੂੰਹ 'ਤੇ ਹੁੰਦਾ ਸੀ ਵਲੈਤ ਜਾਣਾ ਅਤੇ ਅੱਜ ਵਲੈਤ ਡਿਫਾਈਨ ਕੀਤਾ ਜਾਂਦਾ ਸੀ UK ਨੂੰ ਕਿਉਂਕਿ ਉਦੋਂ ਕੈਨੇਡਾ ਆਸਟ੍ਰੇਲੀਆ ਕਿਤੇ ਵੀ ਜ਼ਿਕਰ ਨਹੀਂ ਹੁੰਦਾ ਸੀ ਉਦੋਂ ਹਰ ਇੱਕ ਬੱਚਾ ਜਿਹੜਾ UK ਦੀ ਚਰਚਾ ਕਰਦਾ ਸੀਗਾ ਅਤੇ ਹਰ ਇੱਕ ਬੱਚਾ UK ਵਾਸਤੇ ਹੀ ਐਪਲੀਕੇਸ਼ਨ ਅਪਲਾਈ ਕਰਦਾ ਸੀ ਆਪਣੀ ਅਤੇ UK ਦੀ ਅਸੀਂ ਗੱਲ ਕੀਤੀ ਕਿ UK ਸ਼ੁਰੂ ਤੋਂ ਫੇਮਸ ਰਿਹਾ ਜੇ ਅਸੀਂ ਥੋੜ੍ਹਾ ਜਿਹਾ ਪੈਨ ਡਾਊਨ ਕਰੀਏ ਇੱਕ ਇੱਕ ਕਰਕੇ UK ਦੀਆਂ ਖਾਸੀਅਤ ਬਾਰੇ ਗੱਲ ਕਰੀਏ ਤਾਂ ਅੱਜ ਜਿੰਨੇ ਐਸਪਾਇਰੈਂਟਸ ਨੇ ਉਹਨਾਂ ਨੂੰ ਦੱਸੋ ਕਿ ਕੀ ਉਹਨਾਂ ਖਾਸੀਅਤਾਂ ਦੀ ਜਿਹੜੀ ਮੇਨਟੇਨੈਂਸ ਹੈ ਹਲੇ ਵੀ UK ਨੇ ਕੀਤੀ ਹੋਈ ਹੈ ਅੱਜ ਵੀ UK ਦਾ ਉਹੀ ਸਟੈਂਡਰਡ ਹੈ ਅਤੇ ਉਹਨਾਂ ਦੀ ਇਮੀਗ੍ਰੇਸ਼ਨ ਉਹਨਾਂ ਦੀ ਜਿਹੜਾ ਸਟੂਡੈਂਟ ਵੀਜ਼ਾ ਹੈ ਉਹ ਸਾਰਾ ਪ੍ਰੋਸੈਸ ਅੱਜ ਵੀ ਉਨਾ ਹੀ ਸੌਖਾ ਹੈ UK ਲਈ ਸਟੂਡੈਂਟ ਵੀਜ਼ਾ ਅਪਲਾਈ ਕਰਨ ਤੁਹਾਡਾ ਸਭ ਤੋਂ ਪਹਿਲੇ ਇੱਕ ਕੁਐਸਚਨ ਦਾ ਜਵਾਬ ਦੇ ਦਿੰਦਾ ਉਹ ਇਹ ਹੈ ਕਿ ਅੱਜ UK ਨੇ ਜਿੰਨੀ ਵੀ ਆਪਣੀ ਐਪਲੀਕੇਸ਼ਨ ਅਸੈਪਟ ਕੀਤੀ ਆ ਜਿੰਨੇ ਵੀ ਵੀਜ਼ਾ ਗ੍ਰਾਂਟਸ ਦਿੱਤੇ ਆ ਧਿਆਨ 'ਚ ਰੱਖਿਓ ਇਹ ਗੱਲ ਨੂੰ ਕਿ ਹਰ ਇੱਕ ਬੱਚਾ ਜਿਹਦਾ ਵੀ ਵੀਜ਼ਾ ਗ੍ਰਾਂਟ ਹੋਇਆ ਕੁਆਲਿਟੀ 'ਚ ਹੀ ਹੋਇਆ ਕੁਆਂਟਿਟੀ 'ਚ ਵੀਜ਼ਾ ਗ੍ਰਾਂਟ ਨਹੀਂ ਹੋਇਆ ਮਤਲਬ ਇਹ ਨਹੀਂ ਹੈ ਕਿ ਜਿੰਨੇ ਵੀ ਐਪਲੀਕੇਸ਼ਨ ਲਈ ਹੈ ਉਹਦਾ ਹੀ ਵੀਜ਼ਾ ਲੱਗਾ ਕੁਆਲਿਟੀ ਮੈਟਰ ਕੀਤੀ ਯੂਨੀਵਰਸਿਟੀਜ਼ ਨੇ ਆਪਣੀ ਐਪਲੀਕੇਸ਼ਨ ਜਿਹੜੀ ਅਸੈਪਟ ਕੀਤੀ ਉਹਨਾਂ ਨੇ ਇਹ ਚੈੱਕ ਕੀਤਾ ਕਿ ਬੱਚਾ ਐਕਚੁਅਲ 'ਚ ਜੈਨੂਅਨ ਹੈ ਕਿ ਸਿਰਫ ਇਹ ਤਸੱਲੀ ਬਖਸ਼ੀ UK ਪਹੁੰਚਣਾ ਚਾਹੁੰਦਾ ਸੋ ਸਭ ਤੋਂ ਪਹਿਲੇ UK ਕੰਟਰੀ ਨੇ ਇਸ ਚੀਜ਼ ਦਾ ਧਿਆਨ ਰੱਖਿਆ ਕਿ ਅਸੀਂ ਕੁਆਂਟਿਟੀ ਨਹੀਂ ਬੁਲਾਉਣੀ ਅਸੀਂ ਕੁਆਲਿਟੀ ਬੁਲਾਉਣੀ ਹੈ ਕਰੀਮ ਬੁਲਾਉਣਾ ਰਾਈਟ ਹੁਣ ਕਰੀਮ ਨੂੰ ਡਿਫਾਈਨ ਇੱਦਾਂ ਕੀਤਾ ਜਾ ਸਕਦਾ ਕਰੀਮ ਉਹ ਹੈ ਕਿ ਜਿਹੜਾ ਬੱਚਾ ਰੀਸੈਂਟ ਪਾਸ ਆਊਟ ਹੈ ਬੱਚੇ ਨੇ ਆਇਲਸ ਕੀਤੀ ਹੈ ਬੱਚੇ ਦੀ ਪਰਸੈਂਟੇਜ ਵਧੀਆ ਇਸ ਚੀਜ਼ ਨੂੰ ਇੱਦਾਂ ਕੀਤਾ ਜਾਵੇ ਵੇਖੋ ਹੁਣ ਮੇਰਾ ਇੱਕ ਬੜਾ ਇੱਕ ਨੋਰਮਲ ਜਿਹਾ ਇੱਕ ਛੋਟਾ ਜਿਹਾ ਪੁਆਇੰਟ ਹੈ ਪੁਆਇੰਟ ਇਹ ਹੈ ਕਿ ਅੱਜ ਜਿਹੜੇ ਬੱਚੇ ਨੇ ਇੱਥੇ +2 ਕੀਤੀ ਹੈ ਜਿਹੜੇ ਬੱਚੇ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਹੈ ਜੋ ਬੱਚਾ 40-45% ਜਾਂ 50% ਮਾਰਕਸ ਲੈ ਕੇ ਬੈਠਾ ਉਹ ਬੱਚਾ ਆਪਣੀ ਬਾਹਰਲੀ ਐਪਲੀਕੇਸ਼ਨ ਲਾਏਗਾ ਅਤੇ ਉਹ ਵੀਜ਼ਾ ਗ੍ਰਾਂਟ ਨਹੀਂ ਹੋਣਾ ਕਿਉਂਕਿ ਉਹ ਕਰੀਮ ਜਿਹੜਾ ਵਰਡ ਤੁਸੀਂ ਯੂਜ਼ ਕੀਤਾ ਨਾ ਕਰੀਮ ਉਹ ਕਰੀਮ ਕੈਟੇਗਰੀ 'ਚ ਨਹੀਂ ਆਉਂਦਾ ਜਿਹੜਾ ਅੱਜ ਇੱਥੇ ਮਾਂ ਪਿਓ ਦਾ ਆਸਰਾ ਹੋਣ ਦੇ ਬਾਵਜੂਦ ਕੋਈ ਕੰਮ ਕਰਨ ਦੀ ਟੈਨਸ਼ਨ ਨਹੀਂ ਕੋਈ ਪੈਸਾ ਕਮਾਉਣ ਦੀ ਟੈਨਸ਼ਨ ਨਹੀਂ ਉਹ ਇੱਥੇ ਨਹੀਂ ਪੜਿਆ ਉਹ ਬਾਹਰ ਜਾ ਕੇ ਕਿੱਥੋਂ ਪੜ੍ਹ ਲਏਗਾ ਇਹ ਪੁਆਇੰਟ ਇੱਥੇ ਆ ਜਾਂਦਾ ਨਾ ਜੀ 33% ਨੇ ਉਹ ਬਿਲਕੁਲ ਪਾਸਿੰਗ ਮਾਰਕਸ ਜਾਂ ਵੱਧ ਤੋਂ ਵੱਧ ਤੁਸੀਂ ਇੰਨੇ ਲੈ ਲਓ ਫਸਟ ਡਿਵੀਜ਼ਨ ਲੈ ਲਓ ਅਤੇ ਚਲੋ ਜੀ ਬਹੁਤ ਹੋ ਗਿਆ ਤੁਹਾਨੂੰ ਅਗਲੀ ਜਮਾਤ 'ਚ ਤਾਂ ਐਡਮਿਸ਼ਨ ਮਿਲ ਜਾਣੀ ਹੈ ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਟੈਂਡਰਡ ਆਫ ਐਜੂਕੇਸ਼ਨ ਦੀ ਉਹਦੇ 'ਚ ਦੱਸੋ ਕਿ UK ਅੱਜ ਵੀ ਸਟੈਂਡ ਆਊਟ ਕਿਉਂ ਕਰਦਾ ਵਾਈ ਇਟਸ ਰਿਗਾਰਡਡ ਐਜ਼ ਦ ਬੈਸਟ ਵਨ ਆਫ ਦ ਬੈਸਟ ਐਜੂਕੇਸ਼ਨ ਡੈਸਟੀਨੇਸ਼ਨਸ ਇਨ ਦ ਵਰਲਡ ਸਟੈਂਡਰਡ ਐਜੂਕੇਸ਼ਨ ਤੋਂ ਇੱਕ ਚੀਜ਼ ਯਾਦ ਆਈ ਹੈ ਗੱਲ ਯਾਦ ਆਈ ਹੈ ਕਿ ਸਟੈਂਡਰਡ ਐਜੂਕੇਸ਼ਨ ਨੂੰ ਜੇ ਮੈਂ ਡਿਫਾਈਨ ਕਰਾਂ ਨਾ ਉਹਦੇ ਵਾਸਤੇ ਸਿਰਫ ਇੱਕੋ ਐਗਜ਼ਾਮਪਲ ਦਊਂਗਾ ਇਹ ਹੈ ਕਿ ਸਾਡੇ ਜਿੰਨੇ ਵੀ ਸਤਿਕਾਰਯੋਗ ਵੱਡੇ ਵੱਡੇ ਨਾਮ ਜਿਨ੍ਹਾਂ ਦੀ ਗੱਲ ਕਰ ਲੈਂਦੇ ਹਾਂ ਡਾਕਟਰ BR ਅੰਬੇਦਕਰ ਜੀ ਆਪਣਾ ਡਾਕਟਰ ਮਨਮੋਹਨ ਸਿੰਘ ਜੀ ਇਹ ਰਤਨ ਟਾਟਾ ਜੀ ਇਹ ਸਾਰੇ ਹੀ UK ਤੋਂ ਪੜ੍ਹ ਕੇ ਆਏ ਹਰ ਇੱਕ ਇਹ ਜਿਹੜੇ ਮਹਾਨ ਆਪਣੇ ਸ਼ਖਸੀਅਤਾਂ ਨੇ ਇਹ ਸਾਰੀਆਂ UK ਤੋਂ ਪੜ੍ਹ ਕੇ ਆਈਆਂ ਅਤੇ ਅੱਜ ਇੱਥੇ ਆ ਕੇ ਸਫਲ ਹੋਏ ਆ UK ਉਹ ਬੱਚਾ ਜਾਏ ਜਿਹਨੇ ਪੜ੍ਹਨਾ ਜਿਹਨੇ ਸਿਰਫ ਤਸੱਲੀ ਕਰਨੀ ਹੈ ਨਾ ਕਿ ਮੈਂ ਬਾਹਰ ਪਹੁੰਚ ਗਿਆ ਹੁਣ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਕੀ ਕਰਨਾ ਕੀ ਨਹੀਂ ਕਰਨਾ ਉਹ ਬੱਚਾ UK ਨਾ ਜਾਏ UK ਸਟੈਂਡਰਡ UK ਦਾ ਲਾਅ ਉਹ ਇੱਕੋ ਚੀਜ਼ ਕਹਿੰਦੇ ਇਫ ਯੂ ਆਰ ਫੋਲੋਇੰਗ ਆਰ ਰੂਲਸ ਐਂਡ ਰੈਗੂਲੇਸ਼ਨਸ ਜੇ ਤੁਸੀਂ ਸਾਡੀ ਕੰਟਰੀ ਦੇ ਜਿਹੜੇ ਬਣਾਏ ਹੋਏ ਰੂਲਸ ਨੇ ਜੇ ਉਹ ਫੋਲੋ ਕਰੋਗੇ ਤੁਹਾਨੂੰ ਹਰ ਇੱਕ ਚੀਜ਼ ਦਿੱਤੀ ਜਾਏਗੀ ਜਿਹੜੀ ਤੁਸੀਂ ਮੰਗਦੇ ਹੋ ਜਿਵੇਂ ਕਿ ਇਹਨੂੰ ਐਗਜ਼ਾਮਪਲ ਲੈ ਲੈਂਦੇ ਸਪਨ ਮੈਂ ਮਾਂ ਪਿਓ ਕੋਲੋਂ ਕੁਝ ਮੰਗਣ ਜਾਈਦਾ ਨਾ ਮਾਂ ਪਿਓ ਦਾ ਸਭ ਤੋਂ ਪਹਿਲਾ ਸਵਾਲ ਹੁੰਦਾ ਤੂੰ ਕੀਤਾ ਕੀ ਹੈ ਆਪਣੇ ਸਮੇਂ ਦੀ ਗੱਲ ਕਰ ਲੈਂਦੇ ਆਪਣੇ ਸਮੇਂ 'ਚ ਵੀ ਇਹ ਹੁੰਦਾ ਸੀਗਾ ਕੋਈ ਚੀਜ਼ ਮੰਗੀ ਦੀ ਸੀ ਨਾ ਘਰ ਦੇ ਅੱਗੋਂ ਇਹ ਕਹਿੰਦੇ ਹੁੰਦੇ ਸੀਗੇ ਜੀ ਤੂੰ ਇਹ ਪੇਪਰ 'ਚ ਪਾਸ ਹੋ ਜਾ ਇੰਨੀ ਪਰਸੈਂਟੇਜ ਲੈ ਕੇ ਆ ਜਾ ਜਿਹੜੀ ਚੀਜ਼ ਮੰਗੇਗਾ ਮੈਂ ਲੈ ਕੇ ਦਊਂਗਾ ਸੇਮ ਐਸ ਪਰ ਉਹੀ ਕੰਟਰੀਜ਼ ਨੇ ਕੰਟਰੀਆਂ ਵੀ ਇਹੋ ਕਹਿੰਦੀਆਂ ਅੱਜ ਜੇ ਤੁਸੀਂ ਸਾਡੇ ਕੋਲ ਆਏ ਹੋ ਪੜ੍ਹੋ ਪੜ੍ਹ ਕੇ ਵਰਕ ਪਰਮਿਟ ਵੀ ਲਓ ਵਰਕ ਪਰਮਿਟ ਤੋਂ ਬਾਅਦ PR ਵੀ ਲਓ ਇਹ ਨਹੀਂ ਕਹਿੰਦੀਆਂ ਕਿ ਪੜ੍ਹੋਗੇ ਨਹੀਂ ਤਾਂ ਸਾਰਾ ਕੁਝ ਮਿਲੇਗਾ ਬਿਲਕੁਲ ਨਲਾਇਕ ਬੱਚੇ ਦੀ ਕੋਈ ਬੁੱਕਤ ਨਹੀਂ ਹੈਗੀ
ਬਿਲਕੁਲ ਜੀ। ਅੱਛਾ, ਯੂਕੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਜੇ ਅਸੀਂ ਹਿਸਟਰੀ ਨੂੰ ਟਰੇਸ ਕਰੀਏ, ਇੱਕ ਟਾਈਮ ਇਹੋ ਜਿਹਾ ਸੀਗਾ ਕਿ ਸਾਰੀ ਦੁਨੀਆ ਯੂਕੇ 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 ਜਾਂਦੀ ਸੀ, ਲੇਕਿਨ ਇੱਕਦਮ ਸਟੋਪ ਲੱਗ ਗਿਆ। ਸਟੋਪ ਤੋਂ ਬਾਅਦ ਕਾਫੀ ਸਾਲ ਗੈਪ ਰਿਹਾ, ਐਗਜੈਕਟ ਡੇਟਸ ਤੁਹਾਨੂੰ ਪਤਾ ਹੋਣਗੀਆਂ, ਅਤੇ ਉਸ ਗੈਪ ਤੋਂ ਬਾਅਦ ਫਿਰ ਯੂਕੇ ਨੇ ਵੈਲਕਮ ਕੀਤਾ ਸਟੂਡੈਂਟਸ ਨੂੰ, ਔਰ ਇੰਨਾ ਜ਼ਿਆਦਾ ਵੈਲਕਮ ਕੀਤਾ ਕਿ ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟਸ ਤੱਕ ਦੇਣ ਲੱਗ ਪਈ। ਇਹ ਪੂਰੀ ਜਿਹੜਾ ਹਿਸਟਰੀ ਟਰੈਕ ਕਰੋ, ਇਹ ਜਿਹੜਾ ਵਿੱਚ ਸਟੋਪ ਲੱਗਾ ਸੀਗਾ ਨਾ ਸਪਨ, ਮੈਂ ਵੇਖੋ 2003 ਤੋਂ ਵੀ ਸਟਾਰਟਡ ESS ਗਲੋਬਲ, ਸਾਡੀ ਇਮੀਗ੍ਰੇਸ਼ਨ ਜਿਹੜਾ ਚੱਲ ਰਿਹਾ 2003 ਤੋਂ ਅਸੀਂ ਸ਼ੁਰੂਆਤ ਕੀਤੀ ਸੀਗੀ, ਉਦੋਂ ਸਭ ਤੋਂ ਪਹਿਲੇ ਕੰਟਰੀ ਜਿਹੜੀ ਚੱਲਦੀ ਸੀ ਉਹ ਸੀਗੀ ਯੂਕੇ। ਯੂਕੇ ਦਾ ਇੱਕ ਸਟੋਪ ਕਰਨ ਦਾ ਰੀਜ਼ਨ ਕੀ ਸੀਗਾ, ਹੁਣ ਮੈਂ ਤੁਹਾਨੂੰ ਇੱਥੇ ਕਲੈਰਿਟੀ ਦੇ ਦਿੰਦਾ। ਯੂਕੇ ਦੇ ਵਿੱਚ ਇਹ ਜਿਹੜੇ 2003 ਦਾ ਸਮਾਂ ਅਤੇ 2008-09 ਦਾ ਸਮਾਂ, ਇਹਦੇ ਵਿੱਚ ਯੂਕੇ ਦਾ ਉਸ ਬੱਚੇ ਦਾ ਵੀ ਵੀਜ਼ਾ ਲੱਗਾ ਜਿਹਨੂੰ ਇੰਗਲਿਸ਼ ਦੀ ABCD ਵੀ ਨਹੀਂ ਸੀ ਆਉਂਦੀ। ਠੀਕ ਹੈ ਜੀ, ਹੁਣ ਅੱਜ ਕੀ ਪ੍ਰੋਟੋਕੋਲ ਬਣ ਗਿਆ, ਇਹ ਜਿਹੜਾ ਸਟੋਪ ਲੱਗਣ ਦਾ ਰੀਜ਼ਨ ਕੀ ਸੀਗਾ ਕਿ ਯੂਕੇ ਨੇ ਸਟੋਪ ਇਸ ਕਰਕੇ ਲਾਇਆ ਕਿ ਨੰਬਰ ਆਫ ਵੀਜ਼ਾਸ ਬਹੁਤ ਜ਼ਿਆਦਾ ਦਿੱਤੇ ਗਏ ਸੀਗੇ, ਕਿ ਜਿਹਨੂੰ ABCD ਨਹੀਂ ਸੀ ਆਉਂਦੀ, ਜਿਹੜਾ ਪੜ੍ਹਾਈ 'ਚ ਜਿੰਨੇ ਕੁਝ ਕੀਤਾ ਨਹੀਂ ਉਹ ਵੀ ਬੱਚਾ ਯੂਕੇ ਪਹੁੰਚ ਗਿਆ। ਉੱਥੇ ਜਾ ਕੇ ਬੱਚਿਆਂ ਨੇ ਕੀ ਕੀਤਾ, ਉੱਥੇ ਜਾ ਕੇ ਬੱਚੇ ਹੋ ਗਏ ਇਲੀਗਲ, ਕਿ ਪਤਾ ਜੀ ਵੀਜ਼ਾ ਤੇ ਲੱਗ ਹੀ ਗਿਆ, ਕੀ ਕਰਨਾ, ਪੜ੍ਹਾਈਆਂ ਕਰਕੇ ਪੜ੍ਹਾਈ ਕਰਨੀ ਹੁੰਦੀ ਤੇ ਇੱਥੇ ਬਹਿ ਕੇ ਕਰ ਲੈਂਦੇ, ਇੱਕ ਦਿਨ ਵੀ ਨਹੀਂ ਗਏ ਯੂਨੀਵਰਸਿਟੀ, ਪੜ੍ਹਾਈਆਂ ਕਰਨੀਆਂ ਹੁੰਦੀਆਂ ਤੇ ਇੱਥੇ ਬਹਿ ਕੇ ਕਰ ਲੈਂਦੇ, ਬਾਹਰ ਕਿਉਂ ਜਾਣਾ ਸੀ। ਹੁਣ ਬਾਹਰ ਜਾ ਕੇ ਕੀ ਕੀਤਾ, ਅਸੀਂ ਚੱਲ ਗਏ ਕਮਾਈਆਂ ਦੇ ਚੱਕਰਾਂ 'ਚ, ਕਿ ਠੀਕ ਹੈ ਯਾਰ 2-3 ਲੱਖ ਰੁਪਇਆ, ਉਦੋਂ ਭਲੇ ਸਮਿਆਂ 'ਚ 2-3 ਲੱਖ ਰੁਪਇਆ ਲੱਗਦਾ ਸੀ, ਇਸ ਤੋਂ ਵੱਧ ਨਹੀਂ ਸੀ ਲੱਗਦਾ। ਹੁਣ ਉਹ 2-3 ਲੱਖ ਰੁਪਇਆ ਬੱਚਾ ਕਹਿੰਦਾ ਯਾਰ ਇਹ ਮੈਂ ਮਹੀਨੇ 'ਚ ਕਮਾ ਲੈਣਾ ਜਾਂ ਮੈਂ 2 ਮਹੀਨਿਆਂ 'ਚ ਕਮਾ ਲੈਣਾ, ਤਾਂ ਮੈਂ ਕਮਾ ਕੇ ਜਿਹੜਾ ਪਿਓ ਨੇ ਮੇਰੇ ਨੇ ਕਰਜ਼ਾ ਚੁੱਕਿਆ ਉਹ ਮੈਂ ਲਾ ਦੇਣਾ। ਹੁਣ ਉਦੋਂ ਕੀ ਹੋ ਗਿਆ, ਉਦੋਂ ਹਰ ਇੱਕ ਬੱਚਾ ਜਿਹੜਾ ਬੜੀ ਵਾਰੀ ਆਪਣੇ ਵੀ ਰਿਸ਼ਤੇਦਾਰ ਕਈ ਨੇ ਜਿਹੜੇ ਉੱਥੇ ਇਸ ਵੇਲੇ ਇਲੀਗਲ ਸਟੇਟਸ 'ਤੇ ਰਹਿ ਰਹੇ ਆ, ਰੀਜ਼ਨ ਕੀ ਹੈ, ਪੜ੍ਹੇ ਨਹੀਂ ਉੱਥੇ ਜਾ ਕੇ। ਪੜ੍ਹੇ ਹੁੰਦੇ ਅਤੇ ਅੱਜ ਜਿਵੇਂ ਅਸੀਂ ਸੁਣੀਦਾ ਨਾ ਕੈਨੇਡਾ PR ਹੋ ਜਾਂਦੀ ਹੈ, ਆਸਟ੍ਰੇਲੀਆ PR ਹੋ ਜਾਂਦੀ, ਅਤੇ ਜਦੋਂ ਯੂਕੇ ਦੀ ਗੱਲ ਕਰਨ ਲੱਗੀਦਾ ਉਹ ਭਾਜੀ ਉੱਥੇ ਤਾਂ PR ਹੀ ਹੈ ਨਹੀਂ। PR ਉਹਨਾਂ ਤੋਂ ਸੁਣੀਦਾ ਕਿ ਜਿਹੜੇ ਉੱਥੇ ਆਪ ਇਲੀਗਲ ਸਟੇਟਸ 'ਤੇ ਰਹਿ ਰਹੇ ਆ, ਜਿਹੜਾ ਬੰਦਾ ਉੱਥੇ ਲੀਗਲ ਸਟੇਟਸ 'ਤੇ ਰਹਿ ਰਿਹਾ, ਇੱਕ ਵਾਰੀ ਉਹਨੂੰ ਫੋਨ ਕਰਕੇ ਪੁੱਛੋ ਕਿ ਭਾਜੀ ਯੂਕੇ PR ਹੈਗੀ ਕਿ ਨਹੀਂ ਹੈਗੀ। ਉਹ ਅਗਲਾ ਬੰਦਾ ਤੁਹਾਨੂੰ ਇਹੋ ਹੀ ਚੀਜ਼ ਕਹੇਗਾ, ਜੇ ਤੂੰ ਇੱਥੇ ਪੜ੍ਹਾਈ ਕਰਨ ਆਇਆ ਤਾਂ ਇੱਥੇ ਪੜ੍ਹੇਗਾ ਤਾਂ ਹੀ ਤੇਰਾ ਫਿਊਚਰ ਸਿਕਿਓਰ ਹੈ, ਨਹੀਂ ਤਾਂ ਨਹੀਂ ਸਿਕਿਓਰ ਹੈ। ਇੱਥੇ ਕੈਨੇਡਾ ਆਸਟ੍ਰੇਲੀਆ ਵਾਂਗੂ ਧੱਕੇ ਨਹੀਂ ਚੱਲਣੇ ਕਿ ਕੋਈ ਗੱਲ ਨਹੀਂ, ਕੋਈ ਨਾ ਕੋਈ ਜੁਗਾੜ ਲਾ ਕੇ ਅਸੀਂ PR ਲੈ ਹੀ ਲਵਾਂਗੇ। ਉਹ ਕੰਮ ਕਰਦੇ ਪੁਆਇੰਟ ਬੇਸ ਸਿਸਟਮ ਦੇ ਉੱਤੇ, ਕਰਦਾ ਕੈਨੇਡਾ ਅਤੇ ਆਸਟ੍ਰੇਲੀਆ ਵੀ ਪੁਆਇੰਟ ਬੇਸ ਸਿਸਟਮ ਦੇ ਆ, ਬਟ ਯੂਕੇ ਦਾ ਪੁਆਇੰਟ ਬੇਸ ਸਿਸਟਮ ਡਿਫਰੈਂਟ ਹੈ। ਸੋ ਮੇਨ ਇਹਦਾ ਮਤਲਬ ਹੈ ਕਿ ਜੈਨੂਅਨ ਤੁਸੀਂ ਜੇ ਪੜ੍ਹਨ ਜਾ ਰਹੇ ਹੋ ਤਾਂ ਵਾਕਈ ਹੀ ਪੜ੍ਹਾਈ ਕਰੋ, ਉਸ ਤੋਂ ਬਾਅਦ ਤੁਹਾਡੇ ਕੋਲ ਬਹੁਤ ਸਾਰੇ ਜਿੱਦਾਂ ਕਹਿੰਦੇ ਨਾ ਕਿ ਪੂਰੀ ਦੁਨੀਆ ਤੁਹਾਡੇ ਹੱਥਾਂ 'ਚ ਹੋਏਗੀ, ਅਪਰਚੁਨਿਟੀਜ਼ ਆ ਜਾਂਦੀਆਂ ਸਪਨ ਮੈਮ, ਵੇਖੋ ਇਹਨਾਂ ਵੈਲਕਮ ਕਰਨਾ। ਅੱਛਾ, ਇੱਕ ਯੂਕੇ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਦੂਜੀਆਂ ਕੰਟਰੀਜ਼ ਦੇ ਮੁਕਾਬਲੇ, ਜਦੋਂ ਵੀ ਅਸੀਂ ਪੈਂਡੇਮਿਕ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਕਿ ਸਲਿਊਟ ਹੈ ਯੂਕੇ ਨੂੰ ਜਿਹਨੇ ਕਿ ਪੈਂਡੇਮਿਕ 'ਚ ਸਭ ਤੋਂ ਵੱਧ ਸਾਥ ਦਿੱਤਾ, ਇਹਦੇ ਬਾਰੇ ਤਾਂ ਯੂਕੇ ਦੀ ਤਾਰੀਫ ਬਣਦੀ ਹੈ। ਇਹ ਤਾਂ ਉਹ ਬੱਚੇ ਵੀ ਬੜੇ ਚੰਗੇ ਤਰੀਕੇ ਦੱਸ ਸਕਦੇ ਤੁਹਾਨੂੰ ਕਿ ਜਦੋਂ 2020 ਦੇ ਵਿੱਚ ਲੋਕਡਾਊਨ ਲੱਗਾ, ਉਹ ਲੋਕਡਾਊਨ ਦੇ ਵਿੱਚ ਕੈਨੇਡਾ ਆਸਟ੍ਰੇਲੀਆ ਯੂਰਪ ਦੀਆਂ ਫਲਾਈਟਸ ਕਿਤੇ ਦੀਆਂ ਵੀ ਨਹੀਂ ਚੱਲ ਰਹੀਆਂ ਸੀਗੀਆਂ। ਈਵਨ ਕਿ ਉਦੋਂ ਅਸੀਂ ਘਰ ਬੈਠੇ, ਜਦੋਂ ਲੋਕਡਾਊਨ ਅਸੀਂ 3-4 ਮਹੀਨੇ ਘਰ ਬੈਠੇ ਹਾਂ ਲੋਕਡਾਊਨ ਦੇ ਵਿੱਚ, ਉਦੋਂ ਅਸੀਂ TV ਚਲਾ ਕੇ ਜਦੋਂ ਐਡ ਵੇਖਦੇ ਸੀ ਨਾ, ਉਦੋਂ ਵੀ ਹਰ ਇੱਕ ਬੰਨੇ ਐਡ ਇਹੋ ਚੱਲਦੀ ਸੀ ਅਪਲਾਈ ਫੋਰ ਯੂਕੇ। ਕਿਉਂ? ਕਿਉਂਕਿ ਯੂਕੇ ਇਕਲੌਤੀ ਕੰਟਰੀ ਸੀ ਜਿਹਨੇ ਤੁਹਾਡੇ ਕੋਵਿਡ ਦੇ ਵਿੱਚ ਤੁਹਾਡਾ ਸਾਥ ਦਿੱਤਾ, ਤੁਹਾਡਾ ਬਾਹਰ ਜਾਣ ਦਾ ਸੁਪਨਾ ਸਾਕਾਰ ਕੀਤਾ। ਅੱਜ ਕਿਤੇ ਯੂਕੇ ਵੀ ਕੈਨੇਡਾ ਆਸਟ੍ਰੇਲੀਆ ਵਾਂਗੂ ਬੰਦ ਕਰ ਦਿੰਦਾ ਨਾ, ਅਤੇ ਅੱਜ ਯੂਕੇ ਦੀ ਵੀ ਚਰਚਾ ਨਹੀਂ ਸੀ ਹੋਣੀ। ਯੂਕੇ ਲਾਈਮਲਾਈਟ 'ਚ ਕਿਉਂ ਹੈ, ਰੀਜ਼ਨ ਕੀ ਆ, ਉਹਨੇ ਬੱਚੇ ਬਾਰੇ ਸੋਚਿਆ। ਵੇਖੋ ਇਹ ਜੋ ਹਾਲਾਤ ਨੇ ਕੋਵਿਡ ਵਾਲੇ, ਇਹ ਅੱਜ ਕੱਲ੍ਹ ਹੁਣ ਜਿਹੜਾ ਨਵਾਂ ਆਪਣਾ ਵੇਰੀਐਂਟ ਆ ਗਿਆ ਜੀ ਓਮੀਕਰੋਨ, ਬਟ ਓਮੀਕਰੋਨ ਦੇ ਵਿੱਚ ਵੀ ਕੀ ਹੈ, ਚਲੋ ਇਸ ਵੇਲੇ ਆਸਟ੍ਰੇਲੀਆ ਵੀ ਚੱਲ ਰਿਹਾ, ਯੂਕੇ ਵੀ ਚੱਲ ਰਿਹਾ ਅਤੇ ਕੈਨੇਡਾ ਵੀ ਚੱਲ ਰਿਹਾ, ਬਟ ਅਸੀਂ ਇੱਕ ਚੀਜ਼ ਦਾ ਧਿਆਨ ਇਹ ਰੱਖੀਏ, ਜੇ ਰੱਬ ਨਾ ਕਰੇ ਸਿਚੁਏਸ਼ਨ ਓਮੀਕਰੋਨ ਵਾਲੀ ਵੀ ਵਰਸਟ ਹੋ ਜਾਂਦੀ ਹੈ, ਅਸੀਂ ਇੱਕ ਕੰਟਰੀ 'ਤੇ ਭਰੋਸਾ ਰੱਖ ਸਕਦੇ ਹੋ, ਹੈਗੀ ਯੂਕੇ, ਕਿਉਂਕਿ ਉਹਨੇ ਸਾਡਾ ਭਰੋਸਾ ਤੋੜਿਆ ਨਹੀਂ, ਉਹਨੇ ਸਾਨੂੰ 2020 ਦੇ ਲੋਕਡਾਊਨ 'ਚ ਵੀ ਸਾਥ ਦਿੱਤਾ ਸੀਗਾ। ਬਿਲਕੁਲ, ਯੂਕੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਇੱਕ ਡਾਊਟ ਆਉਂਦਾ ਸਟੂਡੈਂਟਸ ਨੂੰ ਮਾੜਾ ਜਿਹਾ ਕਿ ਜੀ ਕੈਨੇਡਾ ਦੇ ਰੂਲਸ ਕੁਛ ਹੋਰ ਨੇ, ਆਸਟ੍ਰੇਲੀਆ ਦੇ ਕੁਛ ਹੋਰ ਨੇ, ਜੇ ਅਸੀਂ ਯੂਕੇ ਐਡਮਿਸ਼ਨ ਲੈ ਲੈਂਦੇ ਹਾਂ ਤਾਂ ਇੱਦਾਂ ਹੋਊਗਾ ਕਿ ਜੀ ਅਸੀਂ ਵਾਪਸ ਨਹੀਂ ਆ ਸਕਦੇ, ਕੱਲ੍ਹ ਨੂੰ ਕੋਈ ਦੁੱਖ ਸੁੱਖ ਹੋ ਜਾਂਦਾ, ਇਹ ਜ਼ਰਾ ਕਲੀਅਰ ਕਰੋ, ਇਹ ਵੈਸੇ ਮੈਨੂੰ ਵੀ ਡਾਊਟ ਹੈ। ਇਹ ਬੜੇ ਬੱਚਿਆਂ ਦੇ ਜੀ, ਜਦੋਂ ਅਸੀਂ ਕਾਉਂਸਲਿੰਗ ਕਰ ਰਹੇ ਹੁੰਦੇ ਹਾਂ ਨਾ, ਬੜੇ ਬੱਚਿਆਂ ਦੇ ਸਵਾਲ, ਬੱਚਿਆਂ ਦੇ ਕਹਦੇ ਪੇਰੈਂਟਸ ਦੇ ਸਵਾਲ ਹੁੰਦੇ, ਬੱਚੇ ਦਾ ਤਾਂ ਸਵਾਲ ਇਹ ਹੁੰਦਾ ਭਾਜੀ ਮੇਰਾ ਵੀਜ਼ਾ ਲੱਗ ਜਾਏਗਾ ਕਿ ਨਹੀਂ, ਪੇਰੈਂਟਸ ਨੂੰ ਹੁੰਦਾ ਕੋਈ ਦੁੱਖ ਸੁੱਖ ਹੋ ਗਿਆ, ਪੇਰੈਂਟਸ ਦਾ ਸਵਾਲ ਇਹ ਹੁੰਦਾ ਸਭ ਤੋਂ ਪਹਿਲਾਂ ਕਿ ਮੈਨੂੰ ਇਹ ਦੱਸੋ ਕਿ ਜੇ ਅੱਜ ਮੇਰੇ ਬੱਚੇ ਦਾ ਵੀਜ਼ਾ ਲੱਗ ਜਾਂਦਾ, ਕੀ ਉਹ ਮੇਰਾ ਬੱਚਾ ਮਹੀਨੇ ਬਾਅਦ ਜਾਂ 2 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਜੇ ਵਾਪਸ ਆਉਣਾ ਚਾਹਿਆ, ਉਹ ਆ ਸਕਦਾ ਕਿ ਨਹੀਂ ਆ ਸਕਦਾ। ਜੇ ਤੁਸੀਂ ਲੀਗਲ ਸਟੇਟਸ 'ਤੇ ਹੈਗੇ ਹੋ, ਜੇ ਤੁਹਾਡੇ ਕੋਲ ਵੈਲਿਡ ਵੀਜ਼ਾ ਹੈਗਾ, ਤੁਸੀਂ ਮਲਟੀਪਲ ਐਂਟਰੀਜ਼ ਜਿੰਨੀ ਮਰਜ਼ੀ ਵਾਰੀ ਕਰ ਸਕਦੇ ਹੋ, ਜਿੰਨੀ ਮਰਜ਼ੀ ਵਾਰੀ ਆਓ, ਜਿੰਨੀ ਮਰਜ਼ੀ ਵਾਰੀ ਜਾਓ, ਬਟ ਤੁਹਾਡਾ ਵੀਜ਼ਾ ਸਟੇਟਸ ਲੀਗਲ ਹੋਣਾ।
ਜੇ ਤੇ ਤੁਸੀਂ ਇਲੀਗਲ ਦਿਓ ਤੇ ਫਿਰ ਉਹ ਕਹਾਵਤ ਹੈਗੀ ਆ ਨਾ ਗਰਕਾ ਨਾ ਘਾਟਕਾ ਉਹ ਤੇ ਫਿਰ ਆਪਣਾ ਨਾ ਇੱਧਰ ਦੇ ਆ ਤੇ ਨਾ ਉੱਧਰ ਦੇ ਆ ਫਿਰ ਜਾਂ ਯੂਕੇ ਰਹਿ ਜਾਓਗੇ ਤੇ ਜਾਂ ਇੰਡੀਆ ਜੋਗੇ ਰਹਿ ਜਾਓਗੇ ਸੋ ਹਰ ਇੱਕ ਬੱਚੇ ਨੂੰ ਤੇ ਹਰ ਇੱਕ ਪੇਰੈਂਟ ਨੂੰ ਉਹ ਇਹ ਐਡਵਾਈਸ ਹੈ ਕਿ ਜੇ ਤੁਹਾਡਾ ਬੱਚਾ ਜੀ ਯੂਕੇ ਸਟੱਡੀ ਕਰਨ ਜਾ ਰਿਹਾ ਉੱਥੇ ਜਾ ਕੇ ਪੜ੍ਹੋ ਤਾਂ ਕਿ ਕੱਲ੍ਹ ਨੂੰ ਤੁਹਾਡੇ ਮਾਂ ਪਿਓ ਵੀ ਆ ਸਕਣ वैसे भी अनन बिल्कुल नेड़े है आपां कहिंदे कि नियर बाय नियरेस्ट कंट्री है टाइम कितना कुल आदा 7 घंटे दा ट्रैवल डिस्टेंस है जस्ट की तो इंडिया तो गल करिए ते जे आपां पंजाबी कम्युनिटी दी गल करिए उत्थों दी किन्नी कु कम्युनिटी हेल्पफुल है दूजे कंट्रीज नालो देखो उत्थे हुण मैं ओही पॉइंट पहले भी दस के हटिया कि यूके जदों शुरुआत हुई सी ना 2005-06 दे विच हर एक बंदा हर एक पंजाबी खास करके वो सारे यूके बैठे कैनेडा ऑस्ट्रेलिया का उदो ना नहीं सी पता कि कैनेडा भी है ऑस्ट्रेलिया भी है उदो हर एक बंदे दी जबान ते इहो ना हुंदा सी यूके जाना वलायत जाना ते अज उत्थे अपना पंजाबी जिहड़ा इत्थों दी कम्यूनिटी अपनी पंजाबी कम्यूनिटी है इन्ने हैल्पफुल ने कि जिहड़े अज तों पुराने गए होए आ उत्थे देखो असीं जिथे रह रहे हां सानूं असीं उत्थों दे रग रग दे वाकफ हो जांदे हां ठीक है जी उत्थे जदों भी कोई नवा इंटरनेशनल स्टूडेंट जांदा ना उह तुहाडी सपोर्ट दे विच उत्थे हर एक पंजाबी बंदा खड़ा पंजाबी छड्डो ਉੱਥੋਂ ਦੇ ਜਿਹੜੇ ਜੰਮੇ ਪਲੇ ਵੀ ਨੇ ਨਾ ਜਿਹੜੇ ਉੱਥੋਂ ਦੇ ਸਿਟੀਜ਼ਨ ਨੇ ਉਹ ਵੀ ਤੁਹਾਡੀ ਹੈਲਪ ਕਰਦੇ ਆ ਹਨਾ ਮਤਲਬ ਅਨਦਰ ਹੋਮ ਬਿਸਾਈਡਸ ਯੋਰ ਹੋਮ ਬੱਚੇ ਨੂੰ ਉੱਥੇ ਬਾਹਰ ਜਾ ਕੇ ਇਹ ਮਹਿਸੂਸ ਨਹੀਂ ਹੋਏਗਾ ਸਪਨ ਮੈਮ ਕਿ ਪਤਾ ਨਹੀਂ ਮੈਂ ਕਿੱਥੇ ਆ ਗਿਆ ਕਿੱਥੇ ਆ ਗਿਆ ਹਾਂ ਅੱਛਾ ਅਨੰਦੀਪ ਐਜ਼ ਅ ਪੇਰੈਂਟ ਅਤੇ ਜੇ ਮੈਂ ਸੋਚਾਂ ਕਿ ਮੈਂ ਆਪਣੇ ਬੱਚੇ 'ਤੇ ਇੱਕ ਫਿਕਸਡ ਅਮਾਊਂਟ ਲਗਾਉਣੀ ਹੈ 15-20 lakh ਲਾਉਣਾ ਉਹਦੀ ਜ਼ਿੰਦਗੀ ਬਣਾਉਣੀ ਹੈ ਅਤੇ ਜੇ ਉਹ ਮੇਰਾ ਬੇਟਾ ਮੇਰਾ ਮੇਰੀ ਬਿਟੀਆ ਜੇ ਯੂਕੇ ਜਾਣਾ ਚਾਹੁੰਦੇ ਨੇ ਕੀ ਇਸ ਚੀਜ਼ ਦੀ ਗਰੰਟੀ ਹੈ ਕਿ ਉਹ ਇੱਕ ਵਧੀਆ ਯੂਨੀਵਰਸਿਟੀ ਜਾਂ ਕਾਲਜ 'ਚ ਜਾਣਗੇ ਇਹਨਾਂ ਨੂੰ ਇਹ ਕਿ ਵੀ ਸਿਰਫ ਬਾਹਰ ਜਾਣ ਦੇ ਚੱਕਰ 'ਚੋਂ ਚੱਲ ਜਾਣ ਅਤੇ ਬਾਅਦ 'ਚੋਂ ਉਸ ਡਿਗਰੀ ਦੀ ਕੋਈ ਵੈਲਿਊ ਹੀ ਨਾ ਹੋਏ ਇਹਦੇ ਬਾਰੇ ਕੀ ਗਰੰਟੀ ਹੈ ਯੂਕੇ ਦੀ ਸਪਰ ਮੈਮ 150 ਤੋਂ ਵੱਧ ਯੂਨੀਵਰਸਿਟੀਜ਼ ਨੇ ਯੂਕੇ ਦੇ ਵਿੱਚ ਅਤੇ ਪਬਲਿਕ ਯੂਨੀਵਰਸਿਟੀਜ਼ ਆ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਹੈ ਜਿਹੜਾ ਤੁਹਾਡਾ ਕੁਐਸਚਨ ਸੀ ਨਾ ਮੇਰਾ ਬੇਟਾ ਜਾਂ ਮੇਰੀ ਬੇਟੀ ਬਾਹਰ ਜਾਏ ਵੇਖੋ ਜੇ ਅੱਜ ਤੁਸੀਂ ਆਪਣੇ ਬੱਚੇ ਨੂੰ ਭੇਜ ਰਹੇ ਹੋ ਬੀਇੰਗ ਇਟ ਕੈਨੇਡਾ ਭਾਵੇਂ ਉਹ ਆਸਟ੍ਰੇਲੀਆ ਅਤੇ ਭਾਵੇਂ ਇਹ ਯੂਕੇ ਹੈ ਬੱਚਾ ਪੜ੍ਹਦਾ ਹੋਣਾ ਚਾਹੀਦਾ ਉੱਥੇ ਤੁਹਾਡਾ ਬੱਚਾ ਪੜ੍ਹ ਰਿਹਾ ਤੁਹਾਡੇ ਬੱਚੇ ਦੀ ਪਰਸੈਂਟੇਜ ਵਧੀਆ ਆ ਰਹੀ ਹੈ ਤੁਹਾਡਾ ਬੱਚੇ ਦਾ ਪੜ੍ਹਾਈ 'ਚ ਮਨ ਲੱਗਾ ਆਉਣ ਵਾਲਾ ਫਿਊਚਰ ਉਹਦਾ ਸਿਕਿਓਰ ਰਹੇਗਾ ਜੇ ਅੱਜ ਨਹੀਂ ਪੜ੍ਹ ਰਿਹਾ ਨਾ ਉੱਥੇ ਤੇ ਫਿਰ ਉਹ ਤੁਹਾਨੂੰ ਜਿੱਥੇ ਤੁਸੀਂ ਅੱਜ ਪੈਸਾ 15 lakh ਲਾ ਲਓ ਭਾਵੇਂ 20 lakh ਲਾ ਲਓ ਅਤੇ ਭਾਵੇਂ 25 lakh ਲਾ ਲਓ ਕੋਈ ਫਿਊਚਰ ਸਿਕਿਓਰ ਨਹੀਂ ਅੱਜ ਵੀ ਪੈਸੇ ਭੇਜਣੇ ਤੁਹਾਨੂੰ ਕੱਲ੍ਹ ਵੀ ਪੈਸੇ ਭੇਜਣੇ ਪੈਣੇ ਅਤੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਵੀ ਆਪਣੇ ਬੱਚੇ ਦੀ ਸਪੋਰਟ ਕਰਨੀ ਪੈਣੀ ਹੈ ਉਹੀ ਗੱਲ ਕਿ ਜੇ ਅਸੀਂ ਇੰਡੀਆ 'ਚ ਵੀ ਗੱਲ ਕਰੀਏ ਤਾਂ ਇੱਕ ਫਿਕਸਡ ਅਮਾਊਂਟ ਆਫ ਅਟੈਂਡੈਂਸ ਕੰਪਲਸਰੀ ਹੈ ਇੱਕ ਪਰਸੈਂਟੇਜ ਕੰਪਲਸਰੀ ਹੈ ਅਤੇ ਫਿਰ ਜਿਹੜੇ ਸਟੂਡੈਂਟਸ ਬਾਹਰ ਜਾਂਦੇ ਨੇ ਪੇਰੈਂਟਸ ਨੂੰ ਵੀ ਉਹਨਾਂ ਨੂੰ ਪੁਸ਼ ਕਰਨਾ ਚਾਹੀਦਾ ਸਟੂਡੈਂਟਸ ਨੂੰ ਵੀ ਇਹ ਆਪਣੇ ਦਿਮਾਗ 'ਚ ਰੱਖਣਾ ਚਾਹੀਦਾ ਕਿ ਅਟੈਂਡੈਂਸ ਵੀ ਲਾਉਣੀ ਹੈ ਜਿਹੜੇ ਕੋਈ ਗਰੁੱਪ ਡਿਸਕਸ਼ਨਸ ਜਾਂ ਹੋਰ ਕੋਈ ਅਸਾਈਨਮੈਂਟਸ ਹੈ ਉਹ ਵੀ ਕੰਪਲੀਟ ਕਰਨੀ ਹੈ ਅਤੇ ਸੱਚੀ ਮਤਲਬ ਸੱਚੇ ਦਿਲ ਨਾਲ ਪੜ੍ਹਾਈ ਕਰਨੀ ਹੈ ਤੁਹਾਡੇ ਪੇਰੈਂਟਸ ਦੇ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਨਾ ਪੇਰੈਂਟਸ ਵਾਲੀ ਗੱਲ ਤੋਂ ਨਾ ਰੀਸੈਂਟ ਇੱਕ ਗੱਲ ਯਾਦ ਆਈ 2 ਦਿਨ ਪਹਿਲੇ ਦੀ ਚਰਚਾ ਕਰਨ ਲੱਗਾ ਉਹਦੇ ਵਿੱਚ ਕੀ ਹੋਇਆ ਬੱਚਾ ਗਿਆ ਯੂਕੇ ਸਾਡੇ ਕੋਲੋਂ 2020 ਦੇ ਵਿੱਚ ਠੀਕ ਹੈ ਜੀ ਗ੍ਰੈਜੂਏਸ਼ਨ ਵਾਸਤੇ ਗਿਆ ਸੀ 3 ਸਾਲ ਦਾ ਵੀਜ਼ਾ ਲੈ ਕੇ ਗਿਆ ਸੀ ਬੱਚੇ ਦੇ ਪੇਰੈਂਟਸ ਨੂੰ ਫੋਨ ਕੀਤਾ ਸੀ ਬੱਚੇ ਦੇ ਪੇਰੈਂਟਸ ਨੂੰ ਫੋਨ ਕਰਕੇ ਇਹ ਪੁੱਛਣਾ ਚਾਹਿਆ ਕਿ ਤੁਹਾਡਾ ਬੱਚਾ ਓਕੇ ਹੈ ਉਹਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਉਹ ਪੜ੍ਹਾਈ ਕਰ ਰਿਹਾ ਉਹ ਯੂਨੀਵਰਸਿਟੀ ਦੀਆਂ ਕਲਾਸਾਂ ਲਾ ਰਿਹਾ ਕਿ ਨਹੀਂ ਲਾ ਰਿਹਾ ਸਾਨੂੰ ਤਾਂ ਪਤਾ ਲੱਗ ਹੀ ਜਾਣਾ ਕਿ ਉਹ ਬੱਚਾ ਪੜ੍ਹ ਰਿਹਾ ਸੀ ਕਿ ਨਹੀਂ ਪੜ੍ਹ ਰਿਹਾ ਸੀਗਾ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਫੋਨ ਕੀਤਾ ਪੇਰੈਂਟਸ ਨੂੰ ਫੋਨ ਕਰਕੇ ਪੁੱਛਿਆ ਜੀ ਕਿ ਤੁਹਾਡਾ ਬੱਚਾ ਯੂਕੇ ਗਿਆ ਸੀਗਾ ਜੀ ਸਾਡੇ ਕੋਲ ਅਤੇ ਉਹ ਪੜ੍ਹ ਰਿਹਾ ਉੱਥੇ ਜਾ ਕੇ ਕਿ ਨਹੀਂ ਪੜ੍ਹ ਰਿਹਾ ਪੇਰੈਂਟਸ ਤੋਂ ਪਤਾ ਲੱਗਾ ਕਿ ਉਹ ਬੱਚਾ ਪੜ੍ਹ ਰਿਹਾ ਕਿਉਂਕਿ ਪੇਰੈਂਟਸ ਨੂੰ ਇਹ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਮੈਂ ਯੂਨੀਵਰਸਿਟੀ 'ਤੇ ਪੜ੍ਹ ਰਿਹਾ ਬੱਚੇ ਨਾਲ ਜਦੋਂ ਗੱਲ ਹੋਈ ਨਾ ਬੱਚੇ ਨਾਲ ਜਦੋਂ ਗੱਲ ਹੋਈ ਹੈ ਯੂਨੀਵਰਸਿਟੀ ਤੋਂ ਸਾਨੂੰ ਇਨਫੋਰਮੇਸ਼ਨ ਆਈ ਉਦੋਂ ਯੂਨੀਵਰਸਿਟੀ ਦੀ ਇਨਫੋਰਮੇਸ਼ਨ ਤੋਂ ਜਾਂ ਬੱਚੇ ਦੇ ਨਾਲ ਗੱਲ ਕਰਨ ਤੋਂ ਇਹ ਪਤਾ ਲੱਗਾ ਬੱਚਾ ਪੜ੍ਹ ਨਹੀਂ ਰਿਹਾ ਆਪਣੇ ਮਾਂ ਪਿਓ ਨੂੰ ਗੁੰਮਰਾਹ ਨਾ ਕਰ ਤੁਸੀਂ ਗੁੰਮਰਾਹ ਕਰੋਗੇ ਅੱਜ ਤੁਹਾਡੇ ਨਾਲ ਖਲੋਣਾ ਤੁਹਾਡੇ ਮਾਂ ਪਿਓ ਨੇ ਹੀ ਹੈ ਔਰ ਕਿਸੇ ਨੇ ਨਹੀਂ ਖਲੋਣਾ ਗੁੰਮਰਾਹ ਇਹ ਹੈ ਕਿ ਅੱਜ ਤੁਸੀਂ ਘਰੇ ਫੋਨ ਕਰਕੇ ਕਹਿਤਾ ਜੀ ਮੈਂ ਪੜ੍ਹ ਰਿਹਾ ਮੇਰੀ ਮਾਂ ਨੂੰ ਤਸੱਲੀ ਹੋ ਗਈ ਕਿ ਚੱਲ ਮੇਰੀ ਔਲਾਦ ਪੜ੍ਹ ਰਹੀ ਹੈ ਕਿਸੇ ਚੰਗੇ ਰਾਹ ਲੱਗੀ ਹੈ ਬਿਲਕੁਲ ਅੱਜ ਜਿੰਨੇ 15-20 lakh ਰੁਪਇਆ ਉਸ ਪਿਓ ਨੂੰ ਪੁੱਛੋ ਜਾਂ ਉਸ ਮਾਂ ਨੂੰ ਪੁੱਛੋ ਕਿੱਦੋਂ 15-20 lakh ਰੁਪਇਆ ਫੜਿਆ ਹੋਏਗਾ ਉਹਨਾਂ ਨੇ ਜਾਂ ਕਿੱਦਾਂ ਉਹ ਪੈਸਾ ਕਮਾਇਆ ਹੋਏਗਾ ਜਿਹੜਾ ਅੱਜ ਅਸੀਂ ਉਹਦੀ ਕਦਰ ਨਹੀਂ ਪਾ ਰਹੇ ਹਰ ਇੱਕ ਬੱਚੇ ਲਈ ਇਹੋ ਐਡਵਾਈਸ ਹੈ ਜੇ ਤੁਸੀਂ ਯੂਕੇ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਜੇ ਤਾਂ ਪੜ੍ਹਨ ਦੇ ਇੱਛੁਕ ਹੈਗੇ ਹੋ ਫਿਰ ਯੂਕੇ ਐਪਲੀਕੇਸ਼ਨ ਅਪਲਾਈ ਕਰੋ ਜੇ ਪੜ੍ਹਨ ਦੇ ਇੱਛੁਕ ਨਹੀਂ ਹੈਗੇ ਸਿਰਫ ਇੱਕ ਤਸੱਲੀ ਕਰਨਾ ਚਾਹੁੰਦੇ ਹੋ ਕਿ ਮੈਂ ਬਾਹਰ ਜਾਣ ਦਾ ਸੁਪਨਾ ਪੂਰਾ ਕਰਨਾ ਫਿਰ ਮੇਰੀ ਸਾਰੇ ਮੇਰੇ ਭੈਣਾਂ ਭਰਾਵਾਂ ਨੂੰ ਇਹ ਸਲਾਹ ਹੈ ਫਿਰ ਯੂਕੇ ਐਪਲੀਕੇਸ਼ਨ ਬਿਲਕੁਲ ਵੀ ਅਪਲਾਈ ਨਾ ਕਰੋ
ਤੇ ਜਿੰਨੇ ਵੀ ਜੈਨੂਇਨ ਸਟੂਡੈਂਟਸ ਨੇ ਜੋ ਵਾਕਈ ਹੀ ਐਸਪਾਇਰੈਂਟਸ ਨੇ ਜਾਣਾ ਚਾਹੁੰਦੇ ਨੇ ਯੂਕੇ, ਉਹਨਾਂ ਨੇ ਕਰਨਾ ਕੀ ਹੈ, 9419 9419 ਤੇ ਸਿਰਫ ਡਾਇਲ ਕਰਨਾ ਤੇ ਸਾਡੇ ਜਿਹੜੇ ESS ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਖਾਸ ਕਰਕੇ ਜੇ ਤੁਸੀਂ ਅਨੰਦੀਪ ਨੂੰ ਮਿਲਣਾ ਚਾਹੁੰਦੇ ਹੋ, ਇਹ ਅੰਮ੍ਰਿਤਸਰ ਬ੍ਰਾਂਚ ਵਿੱਚ ਹੁੰਦੇ ਨੇ, ਇਹਨਾਂ ਨੂੰ ਸੰਪਰਕ ਕਰਨ ਲਈ ਵੀ 9419 9419 ਤੇ ਡਾਇਲ ਕਰੋ। ਅੱਛਾ ਅਨੰਦੀਪ, ਹੁਣ ਗੱਲ ਆ ਗਈ ਕਿ ਅਸੀਂ ਪੜ੍ਹਾਈ ਕੀਤੀ, ਜੈਨੂਇਨ ਯੂਨੀਵਰਸਿਟੀ ਕਾਲਜ ਸਾਨੂੰ ਮਿਲ ਗਿਆ, ਹੁਣ ਦੂਜੀ ਗੱਲ ਆਉਂਦੀ ਹੈ ਮਾਇਆ ਦੀ। ਪਹਿਲਾਂ ਦੱਸੋ ਕਿ ਯੂਕੇ 'ਚ ਕੰਮ ਮਿਲਦਾ, ਜੇ ਮਿਲਦਾ ਤਾਂ ਸਿਰਫ ਲੇਬਰ ਹੀ ਹੋਊਗੀ, ਕਿੰਨੇ ਕੁ ਪੌਂਡ, ਕਿੰਨਾ ਕੁ ਹਿਸਾਬ ਕਿਤਾਬ ਆਊਗਾ, ਕਿਵੇਂ ਸਰੂਗਾ? ਮੇਰੇ ਪਿਛਲੇ ਸ਼ੋਅ ਦੇ ਵਿੱਚ ਨਾ ਮੈਂ ਯੂਕੇ ਬਾਰੇ ਚਰਚਾ ਕੀਤੀ ਨਾ, ਜਦੋਂ ਮੇਰਾ ਇੱਕ ਭਰਾ ਹੈ ਜਿਹਨੇ ਕਮੈਂਟ ਕੀਤਾ ਸੀਗਾ ਥੱਲੇ ਕਿ ਕੁੜੀਆਂ ਨੂੰ ਨਾ ਭੇਜੋ। ਕਿਉਂ ਕੁੜੀਆਂ ਨੂੰ ਨਾ ਭੇਜੋ? ਉਹਨੇ ਪਿੱਛੇ ਥੱਲੇ ਕਮੈਂਟ ਦੇ ਵਿੱਚ ਇਹ ਡਿਸਕ੍ਰਾਈਬ ਕੀਤਾ ਸੀਗਾ ਜੀ, ਉੱਥੇ 7 ਪਾਉਂਡ 1 ਘੰਟੇ ਦੇ ਮਿਲਦੇ ਆ, ਬੱਚਿਆਂ ਕੋਲ ਫੀਸਾਂ ਨਹੀਂ ਕੱਢੀਆਂ ਜਾਂਦੀਆਂ, ਉਹਨਾਂ ਦੀਆਂ ਮਜਬੂਰੀਆਂ ਇਸ ਲੈਵਲ ਦੀਆਂ ਹੋ ਜਾਂਦੀਆਂ ਜਿਹੜੀਆਂ ਉਹ ਮਾਂ ਪਿਓ ਨੂੰ ਨਹੀਂ ਦੱਸ ਸਕਦੇ। ਸਾਰੇ ਪੇਰੈਂਟਸ ਲਈ ਨਾ ਮੇਰੀ ਇੱਕ ਐਡਵਾਈਸ ਹੈ, ਅਸੀਂ ਬੜੀ ਵਾਰੀ ਨਾ ਇਹ ਆਪਣੀਆਂ ਇੱਕ ਨਜਾਇਜ਼ ਦੀਆਂ ਉਮੀਦਾਂ ਜਾਂ ਉਹ ਕਹਿੰਦੇ ਆ ਅਨਐਕਸਪੈਕਟਡ ਚੀਜ਼ਾਂ ਪੈਦਾ ਕਰ ਲੈਂਦੇ ਹਾਂ ਆਪਣੇ ਮਨ ਵਿੱਚ। ਅਸੀਂ ਪੇਰੈਂਟਸ ਇਹ ਸੋਚਦੇ ਹਾਂ, ਹਾਂ ਪੇਰੈਂਟਸ ਦੀ ਗੱਲ ਕਰ, ਇਹ ਸੋਚਦੇ ਆ ਐਜ਼ ਅ ਪੇਰੈਂਟ ਕਿ ਜੀ ਮੈਂ ਆਪਣੇ ਬੱਚੇ ਨੂੰ ਭੇਜਿਆ ਪਲੱਸ ਟੂ ਤੋਂ ਬਾਅਦ, ਬੱਚੇ ਨੂੰ ਜਹਾਜ਼ 'ਤੇ ਚੜਾਇਆ, ਬਾਏ ਬਾਏ ਕੀਤੀ, ਅਤੇ ਜਦੋਂ ਯੂਕੇ ਲੈਂਡ ਕੀਤਾ ਇੱਕਦਮ ਮੈਚਿਓਰ ਹੋ ਜਾਏ 7 ਘੰਟਿਆਂ ਦੇ ਸਫ਼ਰ 'ਚ। ਮੈਂ ਉਹੀ ਤਾਂ ਕਹਿਣਾ ਚਾਹੁੰਦਾ ਕਿ ਅੱਜ ਤੁਹਾਡਾ ਬੱਚਾ ਜਹਾਜ਼ ਚੜ ਕੇ ਯੂਕੇ ਪਹੁੰਚ ਗਿਆ, ਜਦੋਂ ਯੂਕੇ ਲੈਂਡ ਕੀਤਾ ਯੂਨੀਵਰਸਿਟੀ ਦਾ ਪਹਿਲਾ ਦਿਨ ਲਾਇਆ, ਉਹਨੇ ਮਾਂ ਪਿਓ ਨੂੰ ਫੋਨ ਕੀਤਾ ਜੀ ਮੈਨੂੰ ਮੰਮੀ ਕੰਮ ਮਿਲ ਗਿਆ ਜਾਂ ਮੈਨੂੰ ਪਾਪਾ ਕੰਮ ਮਿਲ ਗਿਆ, ਮਾਂ ਪਿਓ ਨੂੰ ਹੋ ਜਾਂਦਾ ਚੱਲ ਸ਼ੁਕਰ ਮਨਾ ਕੰਮ ਮਿਲ ਗਿਆ, ਪੜ੍ਹੀ ਤਾਂ ਜਾਏਗਾ ਨਾਲ ਨਾਲ ਅਤੇ ਨਾਲ ਨਾਲ ਕੰਮ ਕਰੀ ਜਾਏਗਾ, ਆਪਣੀ ਯੂਨੀਵਰਸਿਟੀ ਫੀਸਾਂ ਕੱਢ ਲਏਗਾ। ਇੱਥੇ ਅਸੀਂ ਗਲਤ ਹਾਂ, ਤੁਹਾਡਾ ਬੱਚਾ ਪੜ੍ਹਾਈ ਕਰਨ ਲਈ ਗਿਆ, ਭਾਵੇਂ ਉਹ ਯੂਕੇ ਗਿਆ, ਭਾਵੇਂ ਆਸਟ੍ਰੇਲੀਆ ਗਿਆ ਅਤੇ ਭਾਵੇਂ ਕੈਨੇਡਾ ਗਿਆ, ਉਹ ਜਿੰਨੀ ਦੇਰ ਤੱਕ ਆਪਣੀ ਸਟੱਡੀ ਕਰ ਰਿਹਾ ਉੰਨੀ ਦੇਰ ਤੱਕ ਉਹਦੇ ਤੋਂ ਕੋਈ ਉਮੀਦ ਨਾ ਰੱਖੋ ਕਿ ਆਪਣੀ ਆਉਣ ਵਾਲੀਆਂ ਯੂਨੀਵਰਸਿਟੀ ਫੀਸਾਂ ਕੱਢ ਲਏਗਾ। ਉੱਥੇ ਤੁਹਾਨੂੰ ਹੀ ਮਦਦ ਕਰਨੀ ਪੈਣੀ, ਬੋਝ ਨਹੀਂ ਪਾਉਣਾ ਚਾਹੀਦਾ ਬੱਚਿਆਂ ਤੇ। ਦੇਖੋ ਬੱਚੇ ਤੇ ਬੋਝ ਨਹੀਂ ਹੈ, ਅਸੀਂ ਇਹ ਚੀਜ਼ ਨੂੰ ਅੰਡਰਸਟੈਂਡ ਕਰੀਏ, ਬੋਝ ਉਸ ਚੀਜ਼ ਦਾ ਹੋ ਗਿਆ ਕਿ ਸਾਨੂੰ ਪਤਾ ਯਾਰ ਕਿ ਠੀਕ ਹੈ ਮੈਂ ਇੰਨਾ ਪੈਸਾ ਹੀ ਲਾਉਣਾ ਸੀਗਾ, ਹੁਣ ਕਿਸੇ ਤਰੀਕੇ ਮੈਂ ਪਹੁੰਚਾਤਾ ਧੱਕਾ ਕਰਤਾ, ਉਹ ਕੰਮ ਨਹੀਂ ਹੈ। ਜੇ ਅੱਜ ਮੈਂ ਆਪਣੇ ਬੱਚੇ ਨੂੰ 3 ਸਾਲ ਦੀ ਗ੍ਰੈਜੂਏਸ਼ਨ ਕਰਨ ਲਈ ਭੇਜਿਆ, ਅੱਜ ਬਾਹਰਲੀਆਂ ਕੰਟਰੀਜ਼ ਤੁਹਾਡੇ ਕੋਲ ਫੰਡਸ ਕਿਉਂ ਮੰਗਦੀਆਂ? ਫੰਡ ਮੰਗਣ ਦਾ ਰੀਜ਼ਨ ਸਿਰਫ ਇੱਕੋ ਹੈ, ਉਹ ਫੰਡ ਦੀ ਡਿਸਕ੍ਰਿਪਸ਼ਨ ਇਹ ਹੈ ਕਿ ਤੁਹਾਡੇ ਕੋਲ ਅਗਲੇ ਸਾਲ ਦੀਆਂ ਫੀਸਾਂ, ਤੁਹਾਡਾ ਰਹਿਣ ਸਹਿਣ ਦਾ ਖਰਚਾ ਤੁਹਾਡੇ ਕੋਲ ਹੈਗਾ ਕਿ ਨਹੀਂ ਹੈਗਾ। ਬੈਕਅਪ ਉਹ ਇਹ ਨਹੀਂ ਵੇਖਦੀਆਂ ਕਿ ਤੁਸੀਂ ਇੱਥੇ ਕਿੰਨੇ ਅਮੀਰ ਹੋ, ਕਿੰਨੇ ਅਮੀਰਜ਼ਾਦੇ ਹੋ, ਕਿ ਤੁਹਾਡੇ ਕੋਲ ਖਾਤੇ 'ਚ 20 ਲੱਖ ਪਿਆ, 30 ਲੱਖ ਪਿਆ ਕਿ 1 ਕਰੋੜ ਰੁਪਇਆ ਪਿਆ। ਉਹਨਾਂ ਦਾ ਮੇਨ ਪੁਆਇੰਟ ਸਿਰਫ ਇੱਕੋ ਹੁੰਦਾ ਕਿ ਤੁਹਾਡਾ ਬੱਚਾ ਜੇ ਉੱਥੇ ਆ ਰਿਹਾ, ਉੱਥੇ ਆ ਕੇ ਉਹਨੂੰ ਕਿਸੇ ਤਰੀਕੇ ਦੀ ਡਿਫੀਕਲਟੀ ਫੇਸ ਨਾ ਹੋਏ। ਜੇ ਇੱਦਾਂ ਦਾ ਕੁਝ ਹੁੰਦਾ ਨਾ ਕਿ ਬੱਚਾ ਉੱਥੇ ਪਹੁੰਚ ਗਿਆ ਜੀ ਅਤੇ ਸਾਲ ਦੇ ਵਿੱਚ ਹੀ ਅਗਲੇ ਸਾਲ ਦੀ ਯੂਨੀਵਰਸਿਟੀ ਫੀਸ ਕੱਢ ਲੈਂਦਾ, ਤਾਂ ਫਿਰ ਤਾਂ ਉਹਨਾਂ ਨੂੰ ਫੰਡ ਵਿਖਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਸੀ ਸਾਨੂੰ ਕੰਟਰੀਜ਼ ਨੂੰ। ਫੰਡ ਸਿਰਫ ਇਸੇ ਚੀਜ਼ ਦੇ ਕਰਕੇ ਵਿਖਾਏ ਜਾਂਦੇ ਆ ਕਿ ਬੱਚੇ ਨੂੰ ਅਗਲੇ ਸਾਲ ਦੀ ਫੀਸ ਤੁਹਾਡੇ ਪੇਰੈਂਟਸ ਕੋਲ ਹੈਗੀ ਕਿ ਨਹੀਂ ਹੈਗੀ, ਐਜ਼ ਅ ਸਿਕਿਉਰਿਟੀ। ਬਿਲਕੁਲ, ਇਹ ਉਮੀਦਾਂ ਨਾ ਪੈਦਾ ਕਰੋ। ਜਾਂ ਮੇਰੀ ਹਰ ਇੱਕ ਪੇਰੈਂਟਸ ਨੂੰ ਜਾਂ ਹਰ ਇੱਕ ਬੱਚੇ ਨੂੰ ਇਹ ਐਡਵਾਈਸ ਹੈ ਕਿ ਤੁਸੀਂ ਜੇ ਬਾਹਰ ਜਾ ਰਹੇ ਹੋ, ਭਾਵੇਂ ਕੈਨੇਡਾ ਹੈ, ਭਾਵੇਂ ਆਸਟ੍ਰੇਲੀਆ, ਭਾਵੇਂ ਯੂਕੇ, ਮੈਂ ਫਿਰ ਇੱਕੋ ਚੀਜ਼ ਰਿਪੀਟ ਕਰ ਰਿਹਾ ਕਿ ਕਾਈਂਡਲੀ ਉੱਥੇ ਜਾ ਕੇ ਆਪਣੇ ਦਿਮਾਗ 'ਚ ਇਹ ਨਾ ਪੈਦਾ ਕਰ ਲਿਓ ਕਿ ਮੈਂ ਜੇ ਕਮਾਈ ਕਰ ਰਿਹਾ ਤਾਂ ਮੇਰੀ ਅਗਲੇ ਸਾਲ ਦੀਆਂ ਯੂਨੀਵਰਸਿਟੀ ਫੀਸਾਂ ਨਿਕਲ ਜਾਣਗੀਆਂ। ਤੁਹਾਨੂੰ ਪੇਰੈਂਟਸ ਨੂੰ, ਮਾਂ ਪਿਓ ਨੂੰ, ਬੱਚੇ ਦੀ ਸਪੋਰਟ ਕਰਨੀ ਪੈਂਦੀ, ਕਰਨੀ ਪੈਣੀ। ਇੱਕ ਹੋਰ ਗੱਲ ਹੈ ਨਾ, ਜਦੋਂ ਇੱਥੇ ਬੱਚੇ ਪੜ੍ਹਦੇ ਨੇ, ਮਾਂ ਫਾਦਰ ਕਮਾਈ ਕਰਦੇ ਆ, ਮਦਰਸ ਵੀ ਕਈ ਕਮਾਈ ਕਰਦੀਆਂ ਨੇ, ਆਪਾਂ ਬੱਚਿਆਂ ਨੂੰ ਬੈਠਿਆਂ ਬੈੱਡ 'ਚ ਰੋਟੀ ਪਾਣੀ ਦੇਈਦਾ, ਤੇਰੇ ਪੇਪਰ ਹੈ, ਦੁੱਧ ਪੀ ਲਾ। ਉੱਥੇ ਦੇਖੋ ਬੱਚਾ ਇੱਕ ਪਰਾਏ ਦੇਸ਼ 'ਚ, ਪਰਾਏ ਇਨਵਾਇਰਮੈਂਟ 'ਚ ਜਾ ਰਿਹਾ, ਉਹਨੇ ਆਪਣੀ ਲਾਂਡਰੀ ਵੀ ਆਪੇ ਕਰਨੀ ਹੈ, ਮਾੜਾ ਮੋਟਾ ਖਾਣ ਪੀਣ ਦਾ ਵੀ ਕਰਨਾ, ਵੈਸੇ ਬੱਚਾ ਅਪਸੈਟ ਹੈ। ਇੱਕ ਉਹਨੂੰ ਬੋਝ ਇਹ ਹੈ ਕਿ ਮੈਂ ਪਿੱਛੇ ਘਰ ਦੱਸਾਂ ਕਿ ਅੱਜ ਮੈਂ ਉਦਾਸ ਹਾਂ, ਅੱਜ ਨਹੀਂ ਉਦਾਸ ਹਾਂ, ਅਸਾਈਨਮੈਂਟ ਨਹੀਂ ਸਮਝ ਆਉਂਦਾ, ਕਈ ਵਾਰ ਐਕਸਟੈਂਟ ਸਮਝ ਨਹੀਂ ਆਉਂਦਾ, ਮਾਹੌਲ ਸਮਝ ਨਹੀਂ ਆਉਂਦਾ, ਕਈ ਵਾਰ ਕਿਸੇ ਤਰੀਕੇ ਦਾ ਬੱਚੇ ਦੇ ਮਨ 'ਤੇ ਬੋਝ ਹੁੰਦਾ, ਅਤੇ ਬਜਾਏ ਕਿ ਉਹਦਾ ਇੱਕ ਪ੍ਰੈਸ਼ਰ ਕੁੱਕਰ ਬਣ ਜਾਏ, ਉਹ ਫਟ ਜਾਏ। ਮੈਨੂੰ ਬਿਲਕੁਲ ਜੈਨੂਅਨ ਲੱਗੀ ਹੈ ਅਨੰਦੀਪ ਦੀ ਗੱਲ ਕਿ ਵੀ ਸ਼ੁੱਡ ਸਪੋਰਟ ਆਰ ਸਟੂਡੈਂਟਸ। ਬੱਚੇ ਨੂੰ ਬਾਹਰ ਭੇਜਦੇ ਕਿਉਂ? ਉਹਦਾ ਇੱਕ ਫਿਊਚਰ ਸਿਕਿਉਰ ਹੋ ਜਾਏ, ਅਤੇ ਇੱਥੇ ਰਹਿ ਕੇ ਵੀ ਪੜ੍ਹਨਾ ਆ, ਅਤੇ ਬਾਹਰ ਫੈਸਿਲਿਟੀਜ਼ ਜ਼ਿਆਦਾ ਨੇ, ਅਤੇ ਉਹਦਾ ਕੱਲ੍ਹ ਨੂੰ ਜੇ ਉਹ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਅਤੇ ਇੱਕ ਸਿਕਿਉਰਿਟੀ ਹੈ ਕਿ ਉਹਨੂੰ ਨੌਕਰੀ ਜਾਂ ਇੱਕ ਕੰਮ ਮਿਲ ਜਾਊਗਾ। ਕਿਉਂ ਇੱਥੇ ਫੈਸਿਲਿਟੀਜ਼ ਨਹੀਂ ਹੈਗੀਆਂ? ਕਿ ਇੱਥੇ ਪੜ੍ਹਾਈਆਂ ਨਹੀਂ ਹੋਈਆਂ ਜਾਂ ਇੱਥੇ ਯੂਨੀਵਰਸਿਟੀ ਨਹੀਂ? ਇੱਕ ਤਰ੍ਹਾਂ ਦੀ ਸਿਕਿਉਰਿਟੀ ਬਾਹਰ ਦਾ ਸਾਰਾ ਕੁਝ, ਕਿਉਂ ਕਾਹਦੀ ਸਿਕਿਉਰਿਟੀ ਹੈ? ਅੱਜ ਤੁਸੀਂ ਬੱਚੇ ਨੂੰ ਬਾਹਰ ਪਤਾ ਕਿਉਂ ਭੇਜ ਰਹੇ ਹੋ? ਮੈਂ ਹਰ ਇੱਕ ਮਾਂ ਪਿਓ ਨੂੰ ਇਹ ਚੀਜ਼ ਐਡਰੈਸ ਕਰ ਰਿਹਾ, ਬੜੇ ਕੇਸਿਸ ਦੇ ਵਿੱਚ ਇਦਾਂ ਵੀ ਹੁੰਦਾ ਕਿ ਮਾਂ ਪਿਓ ਆ ਕੇ ਕਹਿੰਦੇ ਸਾਨੂੰ ਤੇਰੇ ਕੋਲੋਂ ਪੈਸਾ ਕੋਈ ਨਹੀਂ ਚਾਹੀਦਾ, ਤੂੰ ਆਪਣਾ ਗੁਜ਼ਾਰਾ ਕਰ ਲੈ, ਅਸੀਂ ਰੱਬ ਅੱਗੇ ਇਹੋ ਹੀ ਅਰਦਾਸ ਕਰਦੇ ਹਾਂ। ਤੂੰ ਇਹ ਜਾ ਕੇ ਬਾਹਰ ਇਹ ਨਾ ਸੋਚੀ ਕਿ ਯਾਰ ਮੇਰੇ ਮਾਂ ਪਿਓ ਨੇ 15-16 ਲੱਖ ਰੁਪਇਆ ਕਰਜ਼ਾ ਚੁੱਕ ਕੇ ਲਾਇਆ ਹੈਗਾ, ਅਸੀਂ ਲਾ ਤੇ, ਸਾਡਾ ਫਰਜ਼ ਸੀਗਾ, ਅਸੀਂ ਤੈਨੂੰ ਵੱਡਾ ਕੀਤਾ, ਅਸੀਂ ਤੈਨੂੰ ਪਾਲਿਆ, ਜਿੱਥੇ ਅੱਜ ਇੰਨਾ ਕੁਝ ਤੇਰੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ, ਬਾਹਰ ਜਾਣ ਵਾਲੀ ਵੀ ਪੂਰੀ ਕਰ ਦਾਂਗੇ। ਅੱਜ ਜੇ ਤੁਹਾਡੀ ਜੇਬ 'ਚ, ਜੇ ਤਾਂ ਤੁਸੀਂ ਕਰਜ਼ਾ ਚੁੱਕ ਕੇ
ਇਹ ਮੈਂ ਕਰਜ਼ਾ ਚੁੱਕ ਕੇ ਲਾਇਆ ਮਾਸੂਮ ਜਿਹਾ ਦੁਬਈ ਨਾ ਹਾਂ ਦਿਲ ਜਿਹੜਾ ਉਹ ਬਣ ਜਾਂਦਾ ਨਾ ਇੱਕ ਫੇਸ ਵੇਖੋ ਨੈਚੁਰਲ ਹੈ ਕਿ ਇਮੋਸ਼ਨਲ ਫੇਸ ਬਣ ਜਾਂਦਾ ਬੱਚੇ ਨੂੰ ਇਹ ਦੱਸਣਾ ਹੁੰਦਾ ਕਿ ਭਰਾ ਮੈਂ 16-17 ਲੱਖ ਰੁਪਇਆ ਜਿਹੜਾ ਤੇਰੇ 'ਤੇ ਲਾਇਆ ਉਹ ਕਿੱਦਾਂ ਲਾਇਆ ਮੈਨੂੰ ਪਤਾ ਤੂੰ ਬਾਹਰ ਚੱਲ ਜਾ ਬਾਹਰ ਜਾ ਕੇ ਕਮਾਈ ਕਰਕੇ ਕਰਜ਼ਾ ਉਤਾਰਦੀ ਹੈ ਇਸ ਚੀਜ਼ ਦਾ ਬੱਚੇ ਦੇ ਦਿਮਾਗ 'ਚ ਪਤਾ ਉਸੇ ਵੇਲੇ ਘੁੰਡੀ ਖੜਕ ਜਾਂਦੀ ਉਹ 7 ਘੰਟੇ ਦਾ ਜਿਹੜਾ ਟਰੈਵਲ ਹੈ ਨਾ ਬੱਚਾ ਇਹੋ ਸੋਚਦਾ ਰਹਿੰਦਾ ਜਾਂਦਿਆਂ ਯਾਰ ਮੇਰਾ ਯਾਰ ਬੈਠਾ ਉਹਨੇ ਮੈਨੂੰ ਕਿਹਾ ਸੀ ਤੈਨੂੰ ਮੈਂ ਫਲਾਣੀ ਇਸ ਜੋਬ 'ਤੇ ਲਵਾ ਦਾਂਗਾ ਤੈਨੂੰ ਇੰਨੇ ਪੌਂਡ ਮਿਲ ਜਾਣਗੇ ਉਹ ਬੱਚਾ ਫਿਰ ਸਿਰਫ ਪੌਂਡਾਂ ਦੇ ਚੱਕਰਾਂ 'ਚ ਹੀ ਰਹਿ ਜਾਂਦਾ ਕਿ ਮੈਂ ਕਮਾਲਾਂ 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 ਦੂਜੇ ਬੰਨੇ ਅਸੀਂ ਇਹ ਭੁੱਲ ਜਾਂਦੇ ਕਿ ਮੈਂ ਪੜ੍ਹਾਈ ਕਰਨਾ ਆਇਆ ਸੀਗਾ ਅੱਛਾ ਅਨੰਦੀਪ ਜਦੋਂ ਅਸੀਂ ਬਾਹਰ ਦੀ ਗੱਲ ਕੀਤੀ ਜਿਹੜਾ ਅਸੀਂ ਕਹਿ ਰਹੇ ਸੀ ਕਿਸੇ ਨੇ ਕਮੈਂਟ ਕੀਤਾ ਕਿ ਕੁੜੀਆਂ ਨੂੰ ਬਾਹਰ ਨਾ ਭੇਜੋ ਅਤੇ ਵਿਚਾਰੇ ਮੁੰਡਿਆਂ ਬਾਰੇ ਗੱਲ ਕਿਉਂ ਨਹੀਂ ਕਰਦੇ ਮੈਂ ਐਜ਼ ਅ ਮਦਰ ਫੀਲ ਕਰਦੀ ਹਾਂ ਕਿ ਬੋਇਜ਼ ਵੀ ਕੁੜੀਆਂ ਤੋਂ ਵੱਧ ਸੈਂਸਿਟਿਵ ਹੁੰਦੇ ਨੇ ਉਹਨਾਂ 'ਤੇ ਇੰਨਾ ਜ਼ਿਆਦਾ ਅਸੀਂ ਪ੍ਰੈਸ਼ਰ ਨਾ ਪਾਈਏ ਇੰਨਾ ਇੱਥੇ ਉਹਨਾਂ ਨੂੰ ਪਹਿਲਾਂ ਲਾਡ ਲੜਾ ਦੇਈਦਾ ਅਤੇ ਬਾਅਦ 'ਚੋਂ ਉਹਨਾਂ ਨੂੰ ਇੱਕਦਮ ਅਸੀਂ ਟੀਕੇ ਏਡੇ ਵੱਡੇ ਵੱਡੇ ਲਾ ਦੇਈਦੇ ਆ ਅਤੇ ਬੋਇਜ਼ ਤਾਂ ਫਿਰ ਬਿਲਕੁਲ ਕਲੈਪਸ ਕਰ ਜਾਣਗੇ ਨਾ ਭਾਵੇਂ ਕੁੜੀ ਹੈ ਭਾਵੇਂ ਮੁੰਡਾ ਦੋਵਾਂ ਦਾ ਫੋਕਸ ਇੱਕੋ ਹੀ ਹੈ ਕਿ ਜੇ ਅੱਜ ਉਹ ਬਾਹਰ ਜਾ ਰਹੇ ਹੈ ਤਾਂ ਬਾਹਰ ਜਾ ਕੇ ਪੜ੍ਹੋ ਪਹਿਲੇ ਪੜ੍ਹੋਗੇ ਫਿਰ ਉਸ ਤੋਂ ਬਾਅਦ ਅਸੀਂ ਵਰਕ ਪਰਮਿਟ ਅਤੇ ਉਸ ਤੋਂ ਬਾਅਦ ਪੀ ਆਰ ਵਾਲੀ ਗੱਲ ਕਰਾਂਗੇ ਅੱਜ ਸਾਡਾ ਮਾਇੰਡ ਸੈਟਅਪ ਇਹ ਬਣ ਗਿਆ ਅੱਜ ਅਸੀਂ ਦਫ਼ਤਰ 'ਚ ਕਿਸੇ ਕੋਲ ਇਨਕੁਆਇਰੀ ਲੈਣ ਜਾਈਦਾ ਨਾ ਜਾਂਦੇ ਹਾਂ ਪਹਿਲੇ ਪੈਂਤੇ ਸੱਟੇ ਇੱਕੋ ਸਵਾਲ ਪੁੱਛੀ ਤਾਂ ਭਾਅ ਜੀ ਪੀ ਆਰ ਹੋ ਜੂਗੀ ਸਟੈਪ ਬਾਏ ਸਟੈਪ ਹਰ ਇੱਕ ਚੀਜ਼ ਮਿਲਦੀ ਹੈ ਤੁਸੀਂ ਕਹੋ ਅੱਜ ਮੈਂ ਪੌੜੀ ਚੜ੍ਹ ਰਿਹਾ ਅਤੇ ਮੈਂ ਪਹਿਲੀ ਪੌੜੀ ਤੋਂ ਸਿੱਧਾ 5ਵੀਂ ਪੌੜੀ 'ਤੇ ਪੈਰ ਰੱਖ ਦਾਂਗਾ ਮੂੰਹ ਭਾਰ ਹੀ ਡਿੱਗੋਗੇ ਇਹ ਰਿਐਲਿਟੀ ਹੈ ਕੁੜੀ ਜਾ ਰਹੀ ਹੈ ਭਾਵੇਂ ਮੁੰਡਾ ਜਾ ਰਿਹਾ ਪਹਿਲੇ 3 ਸਾਲ ਜਾਂ ਪਹਿਲੇ 2 ਸਾਲ ਜਦੋਂ ਤੁਸੀਂ ਪੜ੍ਹਾਈ ਦਾ ਟਨਿਓਰ ਕੰਪਲੀਟ ਕਰੋਗੇ ਉਸ ਤੋਂ ਬਾਅਦ ਹੀ ਆਪਣੀ ਕਮਾਈ ਦਾ ਸੋਚਿਓ ਕਿ ਉਸ ਤੋਂ ਬਾਅਦ ਤੁਸੀਂ ਕਮਾ ਕੇ ਕੁਝ ਘਰ ਭੇਜ ਸਕਦੇ ਹੋ ਇਹ ਨਾ ਸੋਚੋਗੇ ਅੱਜ ਮੈਂ ਬਾਹਰ ਚੱਲ ਗਿਆ ਅਤੇ ਮੈਂ ਬਾਹਰ ਜਾਂਦੇ ਹੀ ਇਹੋ ਜਿਹੀ ਜਾਦੂ ਦੀ ਛੜੀ ਘੁੰਮਾ ਦੇਣੀ ਹੈ ਕਿ ਜਿਹਦੇ ਨਾਲ ਮੈਨੂੰ ਸਵੇਰੇ ਹੀ ਪੈਸੇ ਘਰ ਭੇਜਣੇ ਸ਼ੁਰੂ ਕਰ ਦਾਂਗਾ ਉਹ ਕੰਮ ਨਹੀਂ ਹੋਣਾ ਨਾ ਹੀ ਮਾਂ ਪਿਓ ਇੱਦਾਂ ਦੀ ਉਮੀਦ ਰੱਖਣ ਅਤੇ ਨਾ ਹੀ ਬੱਚੇ ਇੱਦਾਂ ਦੀ ਕੋਈ ਉਮੀਦ ਰੱਖਣ ਬਾਹਰ ਚੱਲ ਜਾਓ ਰੱਬ ਅੱਗੇ ਇਹੋ ਅਰਦਾਸ ਕਰੋ ਕਿ ਜਿੱਥੇ ਮੈਂ ਪਹੁੰਚਿਆ ਅੱਜ ਜਿਹੜੀ ਮੰਜ਼ਿਲ 'ਤੇ ਮੈਨੂੰ ਪਹੁੰਚਾਇਆ ਗਿਆ ਰੱਬਾ ਮੇਰਾ ਸਾਥ ਦੇਈਂ ਕਿ ਮੈਨੂੰ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ ਬਿਲਕੁਲ ਜੀ ਇੱਕ ਇੰਟਰਨੈਸ਼ਨਲ ਪਲੈਟਫਾਰਮ 'ਤੇ ਤੁਹਾਨੂੰ ਪੜ੍ਹਨ ਦਾ ਇੰਟਰਨੈਸ਼ਨਲ ਲੈਵਲ 'ਤੇ ਐਜੂਕੇਸ਼ਨ ਹਾਸਿਲ ਕਰਨ ਦਾ ਜਦੋਂ ਮੌਕਾ ਮਿਲਦਾ ਐਡੇ ਵਧੀਆ ਮੁਲਕ 'ਚ ਸੈਟਲ ਹੋਣ ਦਾ ਮੌਕਾ ਮਿਲਦਾ ਤਾਂ ਫਿਰ ਤੁਸੀਂ ਜਿਹੜਾ ਸਾਡਾ ESS ਦਾ ਹੈਲਪਲਾਈਨ ਨੰਬਰ ਹੈ 9049-9049 ਉਹ 'ਤੇ ਡਾਇਲ ਕਰਨਾ ਅਤੇ ਆਪਣੀ ਫਾਈਲ ਦੀ ਅਸੈਸਮੈਂਟ ਕਰਾਉਣੀ ਹੈ ਤੁਹਾਨੂੰ ਵਧੀਆ ਗਾਈਡੈਂਸ ਮਿਲੂਗੀ ਸਾਡੇ ਜਿਹੜੇ ਕਰੀਅਰ ਕੰਸਲਟੈਂਟਸ ਨੇ ਉਹਨਾਂ ਤੋਂ ਥੈਂਕ ਯੂ ਅਨੰਦੀਪ ਅਨੰਦੀਪ ਦੀ ਗੱਲ ਸਾਰੇ ਪੇਰੈਂਟਸ ਸਾਰੇ ਸਟੂਡੈਂਟਸ ਜ਼ਰੂਰ ਪੱਲੇ ਬੰਨ ਲੈਣ ਕਿ ਵਾਕਈ ਹੀ ਪੜ੍ਹਾਈ ਸਭ ਤੋਂ ਇੰਪੋਰਟੈਂਟ ਹੈ ਪੜ੍ਹੋ ਫਿਰ ਬਾਕੀ ਰਾਹ ਤਾਂ ਤੁਹਾਡੇ ਲਈ ਖੁੱਲ੍ਹੇ ਖੁੱਲ੍ਹੇ ਨੇ ਥੈਂਕ ਯੂ ਸੋ ਮਚ ਅਨੰਦੀਪ